ਪੰਜਾਬ ਵਿੱਚ ਲੱਗੇ ਲੰਬੇ ਸਮੇਂ ਤੋਂ ਮੋਰਚੇ ਜੀਰਾ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਕਮ ਦੇ ਦਿੱਤੇ ਨੇ ਹੁਕਮ ਇੰਨੀ ਦੇਰੀ ਨਾਲ ਕਿਉਂ ਦਿੱਤੇ ਗਏ ਨੇ ਵਿਸਥਾਰ ਦੇ ਨਾਲ ਤੁਹਾਡੇ ਨਾਲ ਇਹ ਗੱਲਬਾਤ ਸਾਂਝੀ ਕਰਦੇ ਆ ਕਿਉਂਕਿ ਲੰਬੇ ਸਮੇਂ ਤੋਂ ਜੀਰਾ ਸ਼ਰਾਬ ਫੈਕਟਰੀ ਦੇ ਆਲੇ-ਦੁਆਲੇ ਦੇ ਤਕਰੀਬਨ 40 ਤੋਂ 50 ਪਿੰਡ ਇਸ ਗੱਲ ਤੋਂ ਕੁਰਲਾ ਰਹੇ ਸਨ ਲਗਾਤਾਰ ਦੁਹਾਈ ਪਾਰੇ ਸਨ ਇਸ ਮਸਲੇ ਦੇ ਵਿੱਚ ਕਈ ਮਾਤਾਂ ਵੀ ਹੋ ਚੁੱਕੀਆਂ ਨੇ ਭਿਆਨਕ ਰੋਗਾਂ ਦਾ ਸ਼ਿਕਾਰ ਹੋ ਚੁੱਕੇ ਨੇ ਲੋਕ ਲੋਕਾਂ ਦੀ ਸਿਹਤ ਨਾਲ ਖਲਵਾੜ ਹੋ ਰਿਹਾ ਸੀ ਗਰੋਜ਼ ਫੈਕਟਰੀ ਜਿਸ ਦੇ ਮਾਲਕ ਦੀਪ ਮਲਹੋਤਰਾ ਨੇ ਜਿਹੜੇ ਕੀ ਸਾਬਕਾ ਵਿਧਾਇਕ ਵੀ ਨੇ ਔਰ ਲਗਾਤਾਰ ਮੰਗ ਉਠ ਰਹੀ ਸੀ ਕਿ ਉਸ ਫੈਕਟਰੀ ਨੂੰ ਬੰਦ ਕੀਤਾ ਜਾਵੇ ਪਰ ਕਿਤੇ ਨਾ ਕਿਤੇ ਸ਼ਾਂਤੀ ਨਹੀਂ ਬਣੀ ਤੇ ਇਹ ਮਸਲਾ ਹਾਈ ਕੋਰਟ ਤੱਕ ਪੁੱਜਿਆ ਪਰ ਹੁਣ ਦੇ ਹੀ ਨਾਲ ਸਹੀ ਪਰ ਪੰਜਾਬ ਸਰਕਾਰ ਨੂੰ ਇਹ ਫੈਸਲਾ ਲੈਣ ਲਈ ਮਜਬੂਰ ਹੋਣਾ ਪਿਆ ਔਰ ਇਸ ਮਸਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇੱਕ ਵੀਡੀਓ ਰਿਲੀਜ਼ ਕਰਦੇ ਆ ਇਸ ਗੱਲ ਦਾ ਹੁਕਮ ਦਿੱਤਾ ਹੈ ਔਰ ਤੁਰੰਤ ਪ੍ਰਭਾਵ ਦੇ ਨਾਲ ਜੀਰਾ ਸ਼ਰਾਬ ਫੈਕਟਰੀ ਬੰਦ ਕਰਨ ਦਾ ਹੁਕਮ ਦੇ ਦਿੱਤਾ ਹੈ ਇਸ ਮਸਲੇ ਦੇ ਵਿੱਚ ਇੱਕ ਕਮਿਸ਼ਨ ਵੀ ਬਣਾਇਆ ਗਿਆ ਸੀ ਉਸ ਦੇ ਨਾਲ ਕੱਲ ਬੀਤੇ ਦਿਨ ਮੀਟਿੰਗ ਵੀ ਹੋਈ ਮੋਰਚੇ ਦੇ ਆਗੂਆਂ ਦੀ ਸਾਂਝਾ ਜੀਰਾ ਸਾਂਝਾ ਮੋਰਚਾ ਲਗਾਤਾਰ ਇਸ ਗੱਲ ਦੀ ਅਗਵਾਈ ਕਰ ਰਿਹਾ ਸੀ ਔਰ ਕਈ ਥਾਵਾਂ ਤੇ ਤਸਵੀਰਾਂ ਵੀ ਦੇਖਣ ਨੂੰ ਮਿਲੀਆਂ ਕਿ ਕਿੰਨਾ ਗੰਦਾ ਪਾਣੀ ਧਰਤੀ ਏਟਲਾ ਨਿਕਲ ਰਿਹਾ ਹੈ ਉਸ ਪਾਣੀ ਨੂੰ ਪੀਣ ਦੇ ਨਾਲ ਲਗਾਤਾਰ ਜਿਹੜੇ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਤਕਰੀਬਨ 6 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਸੀ ਜਿੱਥੇ ਇਹ ਫੈਕਟਰੀ ਦੇ ਬਾਹਰ ਧਰਨਾ ਲੱਗਿਆ ਸੀ ਹਾਲਾਂਕਿ ਇਸ ਮਸਲੇ 'ਚ ਪਰਚੇ ਵੀ ਦਰਜ ਹੋਏ ਕੀ ਹੁਣ ਸਰਕਾਰ ਉਹ ਪਰਚੇ ਵੀ ਵਾਪਸ ਲਵੇਗੀ ਕਿਉਂਕਿ ਪਰਚੇ ਪਾਏ ਵੀ ਇਸੇ ਕਰਕੇ ਗਏ ਸੀ ਕਿਉਂਕਿ ਉਹ ਧਰਨਾ ਬੁਝਾਰਾ ਕਰ ਰਹੇ ਸੀ ਲੋਕ ਪ੍ਰਦਰਸ਼ਨਕਾਰੀ ਲਗਾਤਾਰ ਇਹ ਕਹਿ ਰਹੇ ਸੀ ਪਰ ਸਰਕਾਰ ਦੇ ਖਾਨੇ ਨਹੀਂ ਸੀ ਪਈ ਇਹ ਗੱਲ ਪਰ ਦੇਰੀ ਨਾਲ ਸਹੀ ਹੁਣ ਝੁਕਣਾ ਪਿਆ ਅਜਿਹੇ ਕਈ ਫੈਸਲੇ ਨੇ ਜਿੱਥੇ ਲੋਕਾਂ ਨੇ ਆਪਣੇ ਰੋਅ ਅੱਗੇ ਸਰਕਾਰਾਂ ਨੂੰ ਹਕੂਮਤਾਂ ਨੂੰ ਝੁਕਣ ਲਈ ਮਜਬੂਰ ਕੀਤਾ ਚਾਹੇ ਕੇਂਦਰ ਦੇ ਵਿੱਚ ਖੇਤੀ ਕਾਨੂੰਨਾਂ ਦੀ ਗੱਲ ਕੀਤੀ ਜਾਵੇ ਤੇ ਚਾਹੇ ਫਿਰ ਮੱਤੇਵਾੜਾ ਜੰਗਲ ਦਾ ਪ੍ਰੋਜੈਕਟ ਹੋਵੇ ਉਦੋਂ ਵੀ ਸਰਕਾਰ ਨੂੰ ਯੂ ਟਰਨ ਲੈਣਾ ਪਿਆ ਸੀ ਪਹਿਲਾਂ ਸਰਕਾਰ ਅੜੀ ਰਹੀ ਇਸ ਮਸਲੇ ਦੇ ਵਿੱਚ ਵੀ ਜੀਰਾ ਸ਼ਰਾਬ ਫੈਕਟਰੀ ਦੇ ਮੌਕੇ ਚਾਹੇ ਆਪੋਜੀਸ਼ਨ ਦੇ ਲੀਡਰ ਸਨ ਚਾਹੇ ਸੱਤਾ ਤਿਰਦੇ ਬਹੁਤੀ ਵਾਰ ਤਾਂ ਉੱਥੇ ਗਏ ਤੱਕ ਨਹੀਂ ਔਰ ਇਸ ਮਸਲੇ ਦੇ ਵਿੱਚ ਜਦੋਂ ਮੰਤਰੀ ਗਏ ਵੀ ਮਜਬੂਰ ਹੋ ਕੇ ਤੇ ਉਹਨਾਂ ਨੂੰ ਕਾਫੀ ਜਿਹੜਾ ਵਿਰੋਧ ਚੱਲਣਾ ਪਿਆ ਸਟੇਜ ਤੋਂ ਬੋਲਣ ਤੱਕ ਨਹੀਂ ਦਿੱਤਾ ਗਿਆ ਔਰ ਮੂੰਹ ਦੇ ਉੱਤੇ ਹੀ ਝਾੜ-ਚਬ ਕੀਤੀ ਗਈ ਤਾਂ ਜੀਰਾ ਸਾਂਝਾ ਮੋਰਚਾ ਦੇ ਲੀਡਰਸ਼ਿਪ ਦੀ ਇਹ ਜਿੱਤ ਹੈ ਉਹਨਾਂ ਲੋਕਾਂ ਦੀ ਜਿੱਤ ਹੈ ਜਿਹੜੇ ਵਾਤਾਵਰਨ ਨੂੰ ਲੈ ਕੇ ਸੋ ਹਰਨ ਹੋ ਗਏ ਸਨ ਖਾਸ ਕਰਕੇ ਡੰਗਰਾਂ ਦੀ ਬੰਦਿਆਂ ਦੀਆਂ ਜਾਨਾਂ ਜਿਹੜੀਆਂ ਨੇ ਉਹ ਖਤਰੇ ਵਿੱਚ ਪੈ ਗਈਆਂ ਸਨ ਜੀਰਾ ਸ਼ਰਾਬ ਫੈਕਟਰੀ ਦੇ ਕਰਕੇ ਹਾਲਾਂਕਿ ਇਸ ਮਸਲੇ ਤੇ ਜੀਰਾ ਸ਼ਰਾਬ ਫੈਕਟਰੀ ਦੇ ਜਿਹੜੇ ਨੁਮਾਇंदे ਨੇ ਪ੍ਰਬੰਧਕ ਨੇ ਕਦੇ ਆਪਣੇ ਮੋਹ ਨਹੀਂ ਮੰਨੇ ਕਿ ਹਾਂ ਫੈਕਟਰੀ ਦੇ ਕਰਕੇ ਨੁਕਸਾਨ ਹੋਇਆ ਲੋਕਾਂ ਦਾ ਪਰ ਹੁਣ ਪੰਜਾਬ ਸਰਕਾਰ ਨੇ ਫੈਸਲਾ ਲਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਫੈਕਟਰੀ ਨੂੰ ਤੁਰੰਤ ਪ੍ਰਭਾਵ ਦੇ ਨਾਲ ਬੰਦ ਕਰਨ ਦੇ ਹੁਕਮ ਦੇ ਦਿੱਤੇ ਨੇ ਇਸ ਮਸਲੇ ਦੇ ਵਿੱਚ ਸਰਕਾਰ ਨੇ ਇਹ ਫੈਸਲਾ ਇਸ ਕਰਕੇ ਵੀ ਲਿਆ ਹੋ ਸਕਦਾ ਹੈ ਕਿਉਂਕਿ ਵਿਰੋਧ ਬਾਤ ਹੋ ਗਿਆ ਇਸ ਦਾ ਨੁਕਸਾਨ ਆਉਣ ਵਾਲੇ ਸਮੇਂ ਦੇ ਵਿੱਚ ਚਾਹੇ ਉਹ ਵੋਟ ਬੈਂਕ ਤੇ ਰੂਪੇ ਵਿੱਚ ਚਾਹੇ ਹੋਰ ਮਸਲੇ ਦੇ ਵਿੱਚ ਭੁਗਤਣਾ ਪਵੇ ਚਾਹੇ ਲਤੀਫਪੁਰਾ ਦਾ ਮੋਰਚਾ ਸੀ ਉਜਾੜੇ ਵਾਲੇ ਲੋਕਾਂ ਦਾ ਉਹ ਉਜੜੇ ਹੋਏ ਲੋਕ ਵੀ ਦੁਹਾਈਆਂ ਪਾਉਂਦੇ ਨੇ ਉਨ੍ਹਾਂ ਦੇ ਵਿਚਾਰ ਕੋਈ ਨਹੀਂ ਲੈ ਰਿਹਾ ਔਰ ਦੂਜੇ ਪਾਸੇ ਪੈਰਲਲ ਇੱਕ ਮੋਰਚਾ ਹੋਰ ਚੱਲ ਰਿਹਾ ਸੀ ਜਿਹੜਾ ਸੀ ਜੀਰਾ ਸ਼ਰਾਫ ਫੈਕਟਰੀ ਦੇ ਬਾਹਰ ਮਾਲਬਰੂਸ ਫੈਕਟਰੀ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਨੇ ਤਾਂ ਹੁਣ ਇਸ ਮਸਲੇ ਦੇ ਵਿੱਚ ਸਮਝੌਤਾ ਕਿੱਥੇ ਹੋਇਆ ਹੈ ਸ਼ਰਾਫ ਫੈਕਟਰੀ ਦੇ ਜਿਹੜੇ ਮਾਲਕ ਨੇ ਓਨਰ ਨੇ ਉਹ ਕਿਹੜੀ ਗੱਲ ਦੇ ਉੱਤੇ ਮੰਨੇ ਨੇ ਇਸ ਗੱਲ ਨੂੰ ਜਾਂ ਮੰਨਣਾ ਹੀ ਪੈਣਾ ਹੈ ਸਰਕਾਰ ਦਾ ਹੁਕਮ ਹੈ ਜਿਹੜਾ ਆਲਟੀਮੇਟਲੀ ਕਿਉਂਕਿ ਹਾਈ ਕੋਰਟ ਤੱਕ ਪਹੁੰਚ ਕੀਤੀ ਗਈ ਸੀ ਇਸ ਮਸਲੇ 'ਚ ਕੀ ਹੋਣਾ ਦੂਜੀ ਪਾਰਟੀ ਵੱਲੋਂ ਧਿਰ ਦੇ ਵੱਲੋਂ ਸੁਪਰੀਮ ਕੋਰਟ ਦਾ ਰੁਖ ਕੀਤਾ ਜਾਂਦਾ ਜਾਂ ਫਿਰ ਪੰਜਾਬ ਸਰਕਾਰ ਦਾ ਫੈਸਲਾ ਹੀ ਆਖਰੀ ਫੈਸਲਾ ਹੋਵੇਗਾ ਇਹ ਹੁਣ ਆਉਣ ਵਾਲੇ ਸਮੇਂ ਚ ਪਤਾ ਲੱਗੇਗਾ ਪਰ ਫਿਲਹਾਲ ਕਈ ਤਰ੍ਹਾਂ ਦੀਆਂ ਤਸਵੀਰਾਂ ਆਉਦੀਆਂ ਰਹੀਆਂ ਅਸੀਂ ਲਗਾਤਾਰ ਇਸ ਮਸਲੇ ਦੇ ਉੱਤੇ ਮੋਰਚੇ ਦੇ ਉੱਤੇ ਜਦੋਂ ਵੀ ਰਿਪੋਰਟ ਕੀਤਾ ਤਾਂ ਇੱਕ ਗੱਲ ਸਾਹਮਣੇ ਆਉਂਦੀ ਸੀ ਨਿਕਲ ਕੇ ਕਿ ਲੋਕ ਤਾਂ ਦੁਖੀ ਨੇ ਲੋਕ ਨਹੀਂ ਚਾਹੁੰਦੇ ਕਿ ਉਹ ਫੈਕਟਰੀ ਚੱਲੇ ਕਿਉਂਕਿ ਪਹਿਲਾਂ ਫੈਕਟਰੀ ਨੂੰ ਬੰਦ ਕਰਨ ਦਾ ਨਹੀਂ ਸੀ ਮੰਗ ਪਰ ਜਦੋਂ ਲਗਾਤਾਰ ਉੱਥੇ ਮੌਤਾ ਹੋ ਰਹੀਆਂ ਨੇ ਮੰਨੀ ਨਹੀਂ ਜਾ ਰਹੀ ਤਾਂ ਸਰਕਾਰ ਲੋਕਾਂ ਨੇ ਵੀ ਇੱਕੋ ਮੰਗ ਰੱਖੀ ਕਿ ਫੈਕਟਰੀ ਬੰਦ ਹੋਣੀ ਚਾਹੀਦੀ ਹੈ ਤਾਂ ਹੁਣ ਉਹਨਾਂ ਲੋਕਾਂ ਦੀ ਜਿੱਤ ਹੋਈ ਹੈ ਜੀਰਾ ਸ਼ਰਾਬ ਫੈਕਟਰੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਫੈਸਲਾ ਜੋ ਸੁਣਾਇਆ ਉਸ ਨੂੰ ਲੈ ਕੇ ਲੋਕਾਂ ਨੇ ਸਵਾਗਤ ਵੀ ਕੀਤਾ ਹੈ ਔਰ ਜੀਰਾ ਸਾਂਝਾ ਮੋਰਚਾ ਜਿਹੜਾ ਉਹਨਾਂ ਮੋਰਚੇ ਵਾਲੇ ਲੋਕਾਂ ਦੀ ਜਿੱਤ ਹੋ ਗਈ ਹੈ ਇਸ ਮਸਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਗੱਲ ਸਾਂਝੀ ਕਰਦੇ ਹੋਏ ਕਿ ਕੀ ਕਿਹਾ ਉਹਨਾਂ ਨੇ ਕਿਹਾ ਕਿ ਅਸੀਂ ਕਾਨੂੰਨੀ ਮਾਰਾ ਦੇਵੀ ਸਲਾਹ ਲਈ ਸਿਹਤ ਮਹਿਕਮੇ ਦੇ ਵਿੱਚ ਔਰ ਸਿਹਤ ਮਾਰਾ ਦੀ ਵੀ ਸਲਾਹ ਲਈ ਗਈ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਇਹ ਫੈਸਲਾ ਲੈਣ ਵਿੱਚ ਇੰਨੀ ਦੇਰੀ ਕਿਉਂ ਕੀਤੀ ਗਈ ਇਸ ਨੂੰ ਲੈ ਕੇ ਤਾਂ ਸਰਕਾਰ ਨੂੰ ਸਵਾਲ ਦਾ ਜਵਾਬ ਦੇਣਾ ਪਵੇਗਾ ਪਰ ਲਗਾਤਾਰ ਰابطੇ ਹੋ ਰਹੇ ਸਨ ਕਮਿਸ਼ਨ ਬਣੇ ਜਾਂਚ ਹੋਈ ਪੜਤਾਲ ਹੋਈ ਪਾਣੀ ਦੇ ਸੈਂਪਲ ਲਏ ਗਏ ਪੰਜ ਵੱਖਰੀਆਂ ਵੱਖਰੀਆਂ ਕਮੇਟੀਆਂ ਤੱਕ ਵੀ ਗਠਨ ਕੀਤੀਆਂ ਗਈਆਂ ਕਿਸੇ ਨੇ ਮਿੱਟੀ ਦੀ ਜਾਂਚ ਕਰਨੀ ਸੀ ਕਿਸੇ ਨੇ ਪਾਣੀ ਦੀ ਜਾਂਚ ਕਰਨੀ ਸੀ ਔਰ ਕੁੱਲ ਮਿਲਾ ਕੇ ਇਹ ਸਾਰੇ ਵਰਤਾਰਿਆਂ ਤੋਂ ਬਾਅਦ ਇੱਕ ਗੱਲ ਤਾਂ ਹੁਣ ਪੱਕੀ ਹੋ ਗਈ ਹੈ ਕਿ ਜਿਹੜੇ ਲੋਕ ਚਾਹੁੰਦੇ ਸੀ ਕਿ ਉਹ ਫੈਕਟਰੀ ਸਾਨੂੰ ਨਹੀਂ ਚਾਹੀਦੀ ਤੇ ਹੁਣ ਸਰਕਾਰ ਨੂੰ ਵੀ ਉਹ ਫੈਸਲਾ ਸੁਣਾਉਣਾ ਪਿਆ ਔਰ ਇਸ ਮਸਲੇ ਦੇ ਵਿੱਚ ਲੋਕਤੰਤਰ ਦੇ ਵਿੱਚ ਲੋਕਾਂ ਦੀ ਇੱਕ ਜਿੱਤ ਹੋਰ ਆ ਜਿਹੜੀ ਉਹ ਹਾਸਲ ਹੋ ਚੁੱਕੀ ਹੈ ਖਾਸ ਕਰਕੇ ਕਿਉਂਕਿ ਇਹ ਜੀਰੇ ਨਾਲ ਸੰਬੰਧਤ ਮਸਲਾ ਨਹੀਂ ਸੀ ਕੱਲਾ ਇਸ ਨੂੰ ਲੈ ਕੇ ਵਕ ਵਕ ਥਾਵਾਂ ਤੋਂ ਆਵਾਜ਼ ਉੱਠਦੀ ਰਹੀ ਹੈ ਪੰਜਾਬ ਦੇ ਵਕ ਵਕ ਕੋਨਿਆਂ ਤੋਂ ਕਿ ਇਸ ਤਰ੍ਹਾਂ ਦੀਆਂ ਫੈਕਟਰੀਆਂ ਨਹੀਂ ਚਾਹੀਦੀਆਂ ਜਿਹੜੀਆਂ ਲੋਕਾਂ ਦੀ ਜ਼ਿੰਦਗੀ ਤੱਕ ਤਬਾਹ ਕਰ ਦੇਣ ਲੋਕਾਂ ਦਾ ਪਸ਼ੂ ਤਰਨਾ ਜਿਹੜਾ ਉਹ ਬਰਬਾਦ ਹੋ ਜਾਵੇ ਔਰ ਜਿਹੜੀ ਫਸਲ ਪਾਣੀ ਵਾਤਾਵਰਨ ਸਾਰਾ ਕੁਝ ਪਲੀਤ ਜਿਹੜੀਆਂ ਫੈਕਟਰੀਆਂ ਕਰਦੀਆਂ ਨੇ ਸਾਨੂੰ ਨਹੀਂ ਚਾਹੀਦੀਆਂ ਲੋਕਾਂ ਦੀ ਇੱਕੋ ਮੰਗ ਸੀ ਬੰਦ ਹੋਵੇ ਤੇ ਸਰਕਾਰ ਨੇ ਹੋੜੋ ਦੇਰੀ ਨਾਲ ਸਹੀ ਪਰ ਮੰਗ ਨੂੰ ਮੰਨ ਲਿਆ ਔਰ ਬੰਦ ਕਰ ਦਿੱਤੀ ਗਈ ਹੈ ਰਸਵੀ ਤੌਰ ਦੇ ਉੱਤੇ ਹੁਣ ਮੋਰਚੇ ਦੇ ਵਿੱਚ ਕੀ ਆਵਾਜ਼ ਵੀ ਪਾਰਟੀ ਦੇ ਵਿਧਾਇਕ ਜਾਂ ਮੰਤਰੀ ਪਹੁੰਚ ਕੇ ਐਲਾਨ ਕਰਦੇ ਨੇ ਜਾਂ ਨਹੀਂ ਕਰਦੇ ਜਾਂ ਉੱਥੇ ਕੀ ਲੋਕਾਂ ਨੂੰ ਕੀ ਭਰੋਸਾ ਦਿਵਾ ਕੇ ਉਠਾਉਦੇ ਨੇ ਪਰ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਕਹਿ ਦੇਣਾ ਫੈਸਲਾ ਲੈ ਲੈਣਾ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਪੁਖਤਾ ਹੋ ਜਾਂਦਾ ਹੈ ਇਹ ਨਹੀਂ ਕਿ ਹੁਣ ਸਰਕਾਰ ਇਸ ਤੋਂ ਵੀ ਯੂ ਟਰਨ ਲੈ ਲਵੇਗੀ ਸਰਕਾਰ ਨੂੰ ਹੁਣ ਝੁਕਣਾ ਪਿਆ ਔਰ ਲੋਕਾਂ ਦੀ ਇਹ ਜਿੱਤ ਹੋ ਚੁੱਕੀ ਹੈ ਜੀਰਾ ਸ਼ਰਾਬ ਫੈਕਟਰੀ ਜਿਸ ਨੂੰ ਲੈ ਕੇ ਲੰਬੇ ਸਮੇਂ ਤੋਂ ਸੁਰਖੀਆਂ ਬਣਦੀ ਆ ਰਹੀਆਂ ਸਨ ਪਰ ਚੇ ਤੱਕ ਵੀ ਪ੍ਰਦਰਸ਼ਨਕਾਰੀਆਂ ਤੇ ਦਰਜ ਹੋਏ ਲਾਠੀ ਚਾਰਜ ਦੀਆਂ ਤਸਵੀਰਾਂ ਵੀ ਆਈਆਂ ਪਰ ਸਾਰੇ ਕੋਈ ਤਬਾਦ ਹੁਣ ਆਖਰੀ ਫੈਸਲਾ ਜਿਹੜਾ ਪੰਜਾਬ ਸਰਕਾਰ ਨੇ ਲੈ ਲਿਆ ਔਰ ਉਸ ਫੈਸਲੇ ਦੇ ਵਿੱਚ ਦੋ ਟੁਕ ਇੱਕੋ ਹੀ ਗੱਲ ਕਹੀ ਗਈ ਹੈ ਕਿ ਅਸੀਂ ਸਾਰੇ 12 ਦੀ ਸਲਾਹ ਤੋਂ ਬਾਅਦ ਇਹ ਫੈਸਲਾ ਕੀਤਾ ਕਿ ਉਸ ਫੈਕਟਰੀ ਨੂੰ ਬਾਲਬਰੋਜ਼ ਫੈਕਟਰੀ ਦੀ ਮਲਹੋਤਰੇ ਦੀ ਫੈਕਟਰੀ ਨੂੰ ਬੰਦ ਕੀਤਾ ਜਾਂਦਾ ਹੈ ਤੁਰੰਤ ਪ੍ਰਭਾਵ ਦੇ ਨਾਲ ਇਹ ਫੈਸਲਾ ਪੰਜਾਬ ਸਰਕਾਰ ਨੇ ਲੈ ਲਿਆ